ਬ੍ਰੇਨ ਇਜ਼ ਅ ਹਾਰਡਵੇਅਰ ਬ੍ਰੇਨ ਦੇ ਵਿੱਚ ਸਾਰੀ ਦੀ ਸਾਰੇ ਜਿਹੜੇ ਕੰਮ ਹੈ ਉਹ ਆਪ ਮੁਹਾਰੇ ਹੋਈ ਜਾਂਦੇ ਹੈ ਐਂਡ ਉਹ ਕੈਮੀਕਲਸ ਕਰਕੇ ਹੁੰਦੇ ਹੈ ਹਾਰਮੋਨਸ ਕਰਕੇ ਹੁੰਦੇ ਹੈ ਉਹਨਾਂ ਦੇ ਵਿੱਚ ਕਿਸੇ ਚੀਜ਼ ਦੀ ਸਿੱਖਣ ਸਿਖਾਨ ਦੀ ਕੋਈ ਲੋੜ ਨਹੀਂ ਪੈਂਦੀ ਸਾਰੇ ਆਟੋਮੈਟਿਕ ਮੈਕੈਨਿਜ਼ਮ ਹੈ ਗਿਆ ਉਹ ਸਾਡੇ ਸਰਵਾਈਵਲ ਵਾਸਤੇ ਇੰਪੋਰਟੈਂਟ ਹੈ ਸਾਨੂੰ ਜਿੰਦਾ ਰੱਖਣ ਵਾਸਤੇ ਇੰਪੋਰਟੈਂਟ ਹੈ ਗਿਆ ਜਦੋਂ ਅਸੀਂ ਬਚਪਨ ਚ ਸਾਡਾ ਜਨਮ ਹੁੰਦਾ ਹੈ ਇਹ ਉਦੋਂ ਵੀ ਕਾਫੀ ਹੱਦ ਤੱਕ ਡਿਵੈਲਪ ਹੋਇਆ ਹੁੰਦਾ ਹੈ ਨੀਅਰਲੀ ਕੰਪਲੀਟ ਡਿਵੈਲਪ ਹੋਇਆ ਹੁੰਦਾ ਹੈ ਕਿਉਂਕਿ ਜਦੋਂ ਬੱਚਾ ਜਨਮ ਹੁੰਦਾ ਨਾ ਬੱਚੇ ਦਾ ਉਹਦੀ ਰੈਸਪੀਰੇਸ਼ਨ ਚਲਣੀ ਇੰਪੋਰਟੈਂਟ ਹੈ ਉਹਦਾ ਸਾਹ ਚਲਣਾ ਇੰਪੋਰਟੈਂਟ ਹੈ ਉਹਨੂੰ ਸਾਰੇ ਦੇ ਸਾਰੇ ਬੇਸਿਕ ਮੈਕੈਨਿਜ਼ਮ ਜਿਹੜੇ ਆ ਉਸ ਵੇਲੇ ਵੀ ਚੱਲਨੇ ਚਾਹੀਦੇ ਆ ਬਲਕਿ ਅਸੀਂ ਸਾਰੇ ਚੈੱਕ ਕਰਦੇ ਆ ਕਿ ਸਾਰੇ ਬੇਸਿਕ ਮੈਕੈਨਿਜ਼ਮ ਚੱਲ ਗਏ ਆਟ ਚਲ ਪਿਆ ਸਾਹ ਚਲ ਪਿਆ ਨਬਜ਼ ਚਲ ਪਈ ਉਹਨੂੰ ਮਤਲਬ ਹਰ ਚੀਜ਼ ਦਾ ਸਮਝ ਆਣੀ ਸ਼ੁਰੂ ਹੋ ਜਾਂਦੀ ਹੈ ਐਂਡ ਇਹ ਸਾਰੀਆਂ ਦੀਆਂ ਸਾਰੀਆਂ ਐਕਟੀਵਿਟੀਆਂ ਸਾਡੇ ਬ੍ਰੇਨ ਤੋਂ ਪੈਦਾ ਹੋ ਰਹੀਆਂ ਜਿਹੜਾ ਦੂਸਰਾ ਪਾਰਟ ਹੈ ਉਹ ਇੱਕ ਪ੍ਰੀਫਰੰਟਲ ਕਾਰਟੈਕਸ ਹੈ ਜਿਹਦੇ ਵਿੱਚ ਕਿ ਤਾਰੇ ਪਈਆਂ ਸਵਿੱਚ ਪਏ ਐ ਪਰ ਉਹ ਸਵਿੱਚ ਜਿਹੜੇ ਐ ਔਨ ਕਰਨੇ ਪੈਣਗੇ ਇੱਕ ਇੱਕ ਕਰਕੇ ਸਵਿੱਚ ਔਨ ਕਰਾਂਗੇ ਤੇ ਤਾਂ ਸਾਡੀ ਜ਼ਿੰਦਗੀ ਅੱਗੋਂ ਨਿਕਰੇਗੀ ਜੀਂਦੇ ਰਹਿਣ ਵਾਸਤੇ ਜਿਹੜਾ ਬ੍ਰੇਨ ਚਾਹੀਦਾ ਉਹ ਜ਼ਿੰਦਗੀ ਦੇ ਵਿੱਚ ਨਿਕਰਨ ਵਾਸਤੇ ਨਹੀਂ ਚਾਹੀਦਾ ਜ਼ਿੰਦਗੀ ਨੂੰ ਨਿਖਾਰ ਉਦੋਂ ਮਿਲਦਾ ਹੈ ਜ਼ਿੰਦਗੀ ਜੀਣ ਦੇ ਵਾਸਤੇ ਉਹ ਤਾਕਤਾਂ ਚਾਹੀਦੀਆਂ ਜਿਹੜੀਆਂ ਕਿ ਇੱਕ ਪਾਰਟਿਕੂਲਰ ਪਾਰਟ ਆਫ ਦਾ ਬ੍ਰੇਨ ਜਿੱਥੇ ਪਈਆਂ ਹੋਈਆਂ ਜਿਹਨੂੰ PFC ਕਹਿੰਦੇ ਆ ਹੁਣ ਚਿਪ ਬ੍ਰੇਨ ਦੇ ਵਿੱਚ ਉਹ ਤਾਕਤਾਂ ਪਈਆਂ ਹੋਈਆਂ ਜਿਹੜੇ ਜੰਮਦੇ ਅਨਸਾਰ ਬੱਚੇ ਦੇ ਅੰਦਰ ਹੁੰਦੀਆਂ ਦੇਖੋ ਕਿਉਂਕਿ ਪ੍ਰਮਾਤਮਾ ਨੇ ਸਾਡੇ ਬੱਚੇ ਨੂੰ ਇਨਸਾਨ ਦੇ ਬੱਚੇ ਨੂੰ ਇੰਨਾ ਜ਼ਿਆਦਾ ਤਾਕਤਵਰ ਨਹੀਂ ਬਨਾਇਆ ਕਿ ਉਹ ਆਪਣੇ ਆਪ ਹੀ 24 ਘੰਟਿਆਂ ਚ 48 ਘੰਟਿਆਂ ਚ ਉੱਠ ਕੇ ਤੇ ਆਪਣੇ ਆਪ ਦੀ ਨਰਚਰਿੰਗ ਕਰਨੀ ਸ਼ੁਰੂ ਕਰਦੇ ਜਿਸ ਤਰ੍ਹਾਂ ਕਿ ਕਈ ਐਨੀਮਲ ਜਿਹੜੇ ਅਸੀਂ ਰੱਖਦੇ ਆਂ ਘਰ ਚ ਉਹ ਉਸੇ ਵੇਲੇ ਜਨਮ ਤੋਂ ਬਾਅਦ ਘੰਟੇ ਦੇ ਵਿੱਚ ਖੜੇ ਹੋ ਜਾਂਦੇ ਆਂ 2-4 ਘੰਟੇ ਦੇ ਬਾਅਦ ਹੀ ਉਹਨਾਂ ਦੇ ਵਿੱਚ ਕਾਫੀ ਤੇਜ਼ੀ ਆ ਜਾਂਦੀ ਹੈ ਤੇ ਉਹ ਇੱਕ ਖਾਸ ਤਰ੍ਹਾਂ ਦੇ ਹਾਰਮੋਨਸ ਉਹਨਾਂ ਦੇ ਵਿੱਚ ਪੈਦਾ ਹੁੰਦੇ ਆ ਜਿਹਦੇ ਕਰਕੇ ਉਹ ਆਪਣਾ ਫੂਡ ਦੁੱਧ ਮੰਗਦੇ ਆ ਤੇ ਦੁੱਧ ਪੈਦਾ ਹੋ ਜਾਂਦਾ ਤੇ ਉਹ ਸਾਰਾ ਜਿਹੜਾ ਮੈਕੈਨਿਜ਼ਮ ਹੈ ਚੱਲ ਪੈਂਦਾ ਇਹਦੇ ਵਿੱਚ ਕਿਸੇ ਇੰਟੈਲੀਜੈਂਸ ਦੀ ਲੋੜ ਨਹੀਂ ਪੈਂਦੀ ਇੰਨੀ ਕੁ ਇੰਟੈਲੀਜੈਂਸ ਪ੍ਰਮਾਤਮਾ ਨੇ ਸਾਡੇ ਸਾਰਿਆਂ ਦੇ ਅੰਦਰ ਪਾ ਕੇ ਭੇਜੀ ਹੋਈ ਹੈ ਪਰ ਇਨਸਾਨੀ ਜਿਹੜਾ ਦਿਮਾਗ ਹੈ ਨਾ ਉਹਦੇ ਵਿੱਚ ਇੰਨੀ ਤਾਕਤ ਨਹੀਂ ਭਰੀ ਕਿ ਉਹ ਆਪਣੇ ਆਪ ਨੂੰ ਜਿੰਦਾ ਰੱਖ ਸਕੇ ਉਹ ਆਪਣੇ ਆਪ ਨੂੰ ਸਰਵਾਈਵ ਕਰ ਸਕੇ ਬਾਕੀ ਐਨੀਮਲਸ ਦੇ ਬੱਚੇ ਅਗੇ ਆ ਜਿਹੜੇ ਕਿ ਆਪਣੇ ਆਪ ਸਰਵਾਈਵ ਕਰ ਸਕਦੇ ਆ ਬਿਕਾਜ਼ ਆਫ ਕੈਮੀਕਲਸ ਐਂਡ ਹਾਰਮones ਹੁਣ ਇਨਸਾਨੀ ਦਿਮਾਗ ਤੇ ਵਿੱਚ ਉਹਨੇ ਕਿਉਂ ਨਹੀਂ ਪਾਈ ਇਉਂ ਨਾ ਪਤਾ ਹੋਏਗਾ ਉਹਨੇ ਸੋਚਿਆ ਹੋਏਗਾ ਕੋਈ ਨਾ ਕੋਈ ਕਿ ਇਹਦੇ ਵਾਸਤੇ ਇੱਕ ਮਦਰ ਚਾਹੀਦੀ ਹੈ ਨਰਚਰਿੰਗ ਚਾਹੀਦੀ ਹੈ ਤੇ ਸ਼ੁਰੂ ਤੋਂ ਹੀ ਮਾਂ ਪਿਓ ਚਾਹੀਦੇ ਆ ਜਿਹੜੇ ਕਿ ਇਸ ਬੱਚੇ ਨੂੰ ਨਰਚਰ ਕਰ ਸਕਣ ਤੇ ਜਿੰਨੀ ਦੇਰ ਤੱਕ ਬੱਚਾ ਆਪਣੇ ਆਪ ਤੇ ਮਤਲਬ ਇੰਡੀਪੈਂਡੈਂਟ ਨਹੀਂ ਹੁੰਦਾ ਉਦੋਂ ਤੱਕ ਮਾਂ ਪਿਓ ਹੀ ਉਹਦੀ ਨਰਚਰਿੰਗ ਕਰਦੇ ਆ ਇਤੋਂ ਤੱਕ ਸਾਰੀ ਗੱਲ ਸਮਝ ਆ ਜਾਂਦੀ ਹੈ ਹੁਣ ਤੁਸੀਂ ਦੇਖੋਗੇ ਕਿ ਸਾਡੇ ਵਾਸਤੇ ਦੋਨੋਂ ਮਾਗ ਇੰਪੋਰਟੈਂਟ ਹੈ ਪਰ ਇੱਕ ਦਿਮਾਗ ਹੈ ਜਿਹੜਾ ਪਰਮਾਤਮਾ ਨੇ ਆਪਣੇ ਆਪ ਵਿਕਸਿਤ ਕਰਤਾ ਐਂਡ ਉਹਨੂੰ ਸਰਵਾਈਵਲ ਸੀਗੀ ਉਹਨੇ ਕਿਹਾ ਕਿ ਸਰਵਾਈਵਲ ਤੇ ਸਾਰਿਆਂ ਵਾਸਤੇ ਜ਼ਰੂਰੀ ਹੈ ਜਿਵੇਂ ਕਹਿ ਲੋ ਜੀ ਪ੍ਰਾਇਮਰੀ ਐਜੂਕੇਸ਼ਨ ਸਾਰਿਆਂ ਵਾਸਤੇ ਜ਼ਰੂਰੀ ਹੈ ਪਰ ਸੈਕੰਡਰੀ ਐਜੂਕੇਸ਼ਨ ਕੋਈ ਕੋਈ ਪੈਦਾ ਕਰੇਗਾ ਹੁਣ ਪ੍ਰਾਇਮਰੀ ਐਜੂਕੇਸ਼ਨ ਦੇ ਨਾਲ ਜਿਹੜੇ ਕੰਮ ਜਿਹੜੀਆਂ ਨੌਕਰੀਆਂ ਮਿਲਦੀਆਂ ਜਿਹੜੇ ਕੰਮ ਅਸੀਂ ਕਰ ਸਕਦੇ ਹਾਂ ਉਹ ਥੋੜੇ ਐ ਪਰ ਜਦੋਂ ਜਿਉਂ ਹੀ ਬੰਦਾ ਸੈਕੰਡਰੀ ਐਜੂਕੇਸ਼ਨ ਲੈ ਲੈਂਦਾ ਫਿਰ ਉਹਦੇ ਵਿੱਚ ਨਿਖਾਰ ਆ ਜਾਂਦਾ ਫਿਰ ਉਹ ਹੋਰ ਚੀਜ਼ਾਂ ਸਮਝਣ ਲੱਗ ਪੈਂਦਾ ਫਿਰ ਜੇ ਉਸ ਤੋਂ ਬਾਅਦ ਉਹ ਗ੍ਰੈਜੂਏਸ਼ਨ ਕਰ ਲੈਂਦਾ ਫਿਰ ਹੋਰ ਚੀਜ਼ਾਂ ਸਮਝ ਆ ਜਾਂਦੀਆਂ ਪੋਸਟ ਗ੍ਰੈਜੂਏਸ਼ਨ ਕਰਦਾ ਫਿਰ ਹੋਰ ਚੀਜ਼ਾਂ ਸਮਝ ਆ ਜਾਂਦੀਆਂ ਡਾਕਟੋਰੇਟ ਕਰਦਾ ਫਿਰ ਹੋਰ ਚੀਜ਼ਾਂ ਸਮਝ ਆ ਜਾਂਦੀਆਂ ਸੋ ਇਨਸਾਨ ਦੇ ਵਿੱਚ ਬੜੇ ਉਹਨੇ ਪੜਾ ਪਾਤੇ ਐਂਡ ਇਹ ਸਾਰੇ ਤੇ ਸਾਰੀ ਐਜੂਕੇਸ਼ਨਲ ਐਂਡ ਸਾਰੇ ਦੇ ਸਾਰੇ ਸਿੱਖਣ ਵਾਲੇ ਆ ਪਰ ਹੁੰਦਾ ਕੀ ਹੈ ਕਿ ਜਦੋਂ ਮਹਾਤਮਾ ਨੇ ਨਾ ਕੁਝ ਇਹੋ ਜੇ ਬੇਸਿਕ ਡਿਫੈਂਸ ਮੈਕੈਨਿਜ਼ਮ ਪਾਤੇ ਉਹਨਾਂ ਕਹਿੰਦੇ ਡਿਫੈਂਸ ਮੈਕੈਨਿਜ਼ਮ ਜਿਹੜੇ ਅਨਕੌਂਸ਼ੀਅਸ ਮਾਈਂਡ ਚ ਪਏ ਹੋਏ ਆ ਜਿਹਨਾਂ ਦਾ ਸਾਨੂੰ ਪਤਾ ਨਹੀਂ ਹੈ ਤੇ ਉਹ ਆਪਣੇ ਆਪ ਹੀ ਕੰਮ ਕਰ ਰਹੇ ਆ ਡਿਫੈਂਸ ਮੈਕੈਨਿਜ਼ਮ ਦਾ ਕੰਮ ਹੈ ਕਿ ਜੁਗਾੜ ਲਗਾਣੇ ਹੁਣ ਜਦੋਂ ਬੱਚਾ ਛੋਟਾ ਜਿਹਾ ਹੁੰਦਾ ਨਾ ਤੇ ਉਹਦੇ ਅੰਦਰ ਕਈ ਤਰ੍ਹਾਂ ਦੇ ਜੁਗਾੜ ਹੁੰਦੇ ਆ ਉਹ ਜਿਹੜਾ ਕੰਮ ਚਲਾ ਰਿਹਾ ਹੁੰਦਾ ਨਾ ਉਸ ਵੇਲੇ ਉਹ ਜੁਗਾੜ ਦੇ ਸਿਰ ਤੇ ਚੱਲ ਰਿਹਾ ਹੁੰਦਾ ਜੇ ਜਦੋਂ ਭੁੱਖ ਲੱਗੀ ਤੇ ਰੋਣਾ ਜੇ ਕੋਈ ਚੀਜ਼ ਚਾਹੀਦੀ ਹੈ ਤੇ ਤਾਂ ਜੇ ਕੋਈ ਅਟੈਂਸ਼ਨ ਚਾਹੀਦੀ ਹੈ ਤੇ ਤਾਂ ਜੇ ਉਹਦੇ ਪੇਟ ਚ ਦਰਦ ਹੋ ਰਹੀ ਹੈ ਤੇ ਤਾਂ ਮਤਲਬ ਉਹ ਬੋਲ ਨਹੀਂ ਸਕਦਾ ਪਰ ਉਹਦੇ ਅੰਦਰ ਉਹ ਸਾਰੀਆਂ ਸੈਂਸੇਸ਼ਨਸ ਹੈਗੀਆਂ ਤੇ ਇਹ ਉਹਦੇ ਹੁੰਦੇ ਆ ਜੁਗਾੜ